ਡਾਕਟਰ ਬਲਜਿੰਦਰ ਸਿੰਘ ਤੇ ਭਾਜੀ ਤੇਜਿੰਦਰ ਸਿੰਘ ਉਹਨਾਂ ਦਾ ਡੈਰੀ ਫਾਰਮ ਆ। ਭਾਜੀ ਹੁਣੀ ਸਾਡੀ ਕੰਪਨੀ ਦਾ ਪ੍ਰੀਮੈਕਸ ਇਮੂ ਨਿਊਟ੍ਰੀਸ਼ਨ ਯੂਜ਼ ਕਰ ਰਹੇ ਨੇ। ਆਓ ਭਾਜੀ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਦੇ ਰਿਜ਼ਲਟ ਮਿਲ ਰਹੇ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕਿੰਨੇ ਟਾਈਮ ਤੋਂ ਤੁਸੀਂ ਡੈਰੀ ਫਾਰਮਿੰਗ ਦੇ ਧੰਦੇ ਨਾਲ ਜੁੜੇ ਹੋਏ ਹੋ? ਭਾਜੀ ਆਪਾਂ ਕੋਈ ਡੇਢ ਸਾਲ ਤੋਂ ਡੇਰੀ ਫਾਰਮ ਦੇ ਧੰਦੇ ਨਾਲ ਜੁੜੇ ਹਾਂ ਅਤੇ ਆਪਣੇ ਕੋਲ ਐਚ ਐਫ ਅਤੇ ਜਰਸੀ ਬਰੀਡ ਜ਼ਿਆਦਾ ਹੈਗੀ ਆ। ਠੀਕ ਹੈ ਜੀ। ਤੁਸੀਂ ਸਾਡੀ ਕੰਪਨੀ ਦਾ ਪ੍ਰੀਮੈਕਸ ਇਮੂ ਨਿਊਟ੍ਰੀਸ਼ਨ ਯੂਜ਼ ਕਰ ਰਹੇ ਹੋ? ਹਾਂਜੀ। ਕਿੱਦਾਂ ਦੇ ਰਿਜ਼ਲਟ ਮਿਲ ਰਹੇ ਆ ਭਾਜੀ ਤੁਹਾਨੂੰ? ਭਾਜੀ ਮੈਂ ਕੋਈ ਪਿਛਲੇ ਡੇਢ ਤੋਂ ਦੋ ਮਹੀਨੇ ਤੋਂ ਯੂਜ਼ ਕਰ ਰਿਹਾ ਇਮੂ ਨਿਊਟ੍ਰੀਸ਼ਨ, ਕਾਫੀ ਅੱਛੇ ਰਿਜ਼ਲਟ ਮੈਨੂੰ ਮਿਲੇ ਆ ਜਿਹਦੇ ਵਿੱਚ ਐਨੀਮਲ ਦਾ ਹੇਅਰ ਕੋਟ ਪ੍ਰੋਡਕਸ਼ਨ ਜਿਹੜੀ ਆ ਸਟੇਬਲ ਹੋ ਗਈ ਆ ਅਤੇ ਜਿਹੜੇ ਕੋਈ ਰਿਪੀਟ ਬਰੀਡਿੰਗ ਦੇ ਕੇਸ ਸੀ ਉਹ ਵੀ ਆਪਣੇ ਇਹਦੇ ਨਾਲ ਹੱਲ ਹੋਏ ਆ। ਠੀਕ ਹੈ ਜੀ। ਕੋਈ ਸੁਨੇਹਾ ਜਿਹੜਾ ਭਾਜੀ ਤੁਸੀਂ ਇਮੂ ਨਿਊਟ੍ਰੀਸ਼ਨ ਬਾਰੇ ਡੈਰੀ ਫਾਰਮਰ ਵੀਰਾਂ ਨੂੰ ਦੇਣਾ ਚਾਹੋ? ਬਿਲਕੁਲ ਭਾਜੀ, ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਵੀਰ ਬਰੀਡਿੰਗ 'ਤੇ ਜਾਂ ਪ੍ਰੋਡਕਸ਼ਨ 'ਤੇ ਅੱਛੀ 'ਤੇ ਕੰਮ ਕਰ ਰਹੇ ਆ, ਮੇਰਾ ਤਾਂ ਇਹੀ ਸੁਝਾਅ ਵਾ ਵੀ ਵੀਰ ਇਮੂ ਨਿਊਟ੍ਰੀਸ਼ਨ ਨੂੰ ਯੂਜ਼ ਕਰਕੇ ਦੇਖਣ, ਕਿਉਂਕਿ ਐਨੀਮਲਾਂ ਦੇ ਵਿੱਚ ਡੈਫੀਸ਼ੈਂਸੀ ਜ਼ਿਆਦਾ ਹੋਣ ਦੀ ਕਰਕੇ ਐਨੀਮਲ ਕੰਸੀਵ ਨਹੀਂ ਕਰਦੇ ਜਾਂ ਪ੍ਰੋਡਕਸ਼ਨ ਲੋਅ ਹੋ ਜਾਂਦੀ ਆ, ਉਹਦੇ ਵਿੱਚ ਬਹੁਤ ਚੰਗੇ ਰਿਜ਼ਲਟ ਆਉਂਦੇ। ਠੀਕ ਆ ਭਾਜੀ, ਥੈਂਕ ਯੂ।